ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਤੇ ਵਿਚੋਲਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ। ਮੈਂ ਹਾਂ ਸੰਦੀਪ ਤੇ ਮੈਂ ਹਾਂ ਗੁਰਜੀਤ ਕੌਰ, ਤੇ ਅੱਜ ਅਸੀਂ ਲੈ ਕੇ ਆਏ ਹਾਂਗੇ ਜੁਲਾਈ 25th ਦਾ ਐਪੀਸੋਡ ਨੰਬਰ 400। ਤੁਸੀਂ ਯੂਟਿਊਬ ਤੇ ਜਾ ਕੇ ਸਾਡਾ ਪ੍ਰੋਗਰਾਮ ਦੇਖ ਸਕਦੇ ਹੋਗੇ। ਟੀਵੀ ਤੇ ਹਰ ਰੋਜ਼ 2 ਵਾਰ ਪ੍ਰੋਗਰਾਮ ਆਉਂਦਾ ਗਾ ਤੇ ਨਾਲ ਐਡ ਆਪਣੀ ਪੇਪਰ 'ਚ ਵੀ ਲੱਗਦੀ ਆ। ਹਰ ਵੀਕ ਥਰਸਡੇ ਮੋਰਨਿੰਗ ਪੇਪਰ ਆ ਜਾਂਦਾ, ਥਰਸਡੇ ਨਾਈਟ ਟੀਵੀ ਦਾ ਪ੍ਰੋਗਰਾਮ ਨਵਾਂ ਸ਼ੁਰੂ ਹੁੰਦਾ ਗਾ ਜੀ। ਤੇ ਇਹਦੇ ਨਾਲ ਹੀ ਅਸੀਂ ਕੋਈ ਮੈਰਿਜ ਬਿਊਰੋ ਨਹੀਂ ਹੈਗੇ, ਅਸੀਂ ਸਿਰਫ ਰਿਸ਼ਤੇ ਪੜ੍ਹਦੇ ਹਾਂ। ਅਤੇ ਜੇ ਤੁਹਾਨੂੰ ਕੋਈ ਰਿਸ਼ਤਾ ਵਧੀਆ ਲੱਗੇ ਤਾਂ ਤੁਸੀਂ ਡਾਇਰੈਕਟ ਉਹਨਾਂ ਦੇ ਨਾਲ ਕਾਲ ਕਰਕੇ ਸੰਪਰਕ ਕਰ ਸਕਦੇ ਹੋ। ਅਤੇ ਆਹ ਵੀ ਰਿਕੁਐਸਟ ਕਰ ਦਈਏ ਵੀ ਹਜੇ ਹੁਣ ਫਿਰ ਦੁਬਾਰੇ ਤੋਂ ਸਾਨੂੰ ਕੰਪਲੇਂਟਸ ਆਉਣ ਲੱਗੀਆਂ ਨੇ ਕਲਾਇੰਟਸ ਦੀਆਂ, ਬਈ ਮੈਰਿਜ ਬਿਊਰੋ ਵਾਲੇ ਬਹੁਤ ਤੰਗ ਕਰਨ ਲੱਗ ਗਏ ਦੁਬਾਰੇ। ਤਾਂ ਅਸੀਂ ਰਿਕੁਐਸਟ ਕਰਾਂਗੇ ਮੈਰਿਜ ਬਿਊਰੋ ਵਾਲਿਆਂ ਨੂੰ ਵੀ, ਬਈ ਜੋ ਕਲਾਇੰਟਸ ਤੁਹਾਡੇ ਕੋਲ ਆਉਣਾ ਚਾਹੁੰਦੇ ਉਹ ਆਪੇ ਆ ਜਾਂਦੇ ਆ, ਤੁਸੀਂ ਤੰਗ ਨਾ ਕਰਿਆ ਕਰੋ ਪਲੀਜ਼। ਲੋਕਾਂ ਨੇ ਇੰਨੀ ਕੰਪਲੇਂਟਸ ਕਰਤੀਆਂ ਨੇ ਸਾਨੂੰ ਵੀ, ਸਾਨੂੰ ਵੀ ਸ਼ਰਮ ਆਉਂਦੀ ਹੈ ਤੁਹਾਨੂੰ ਬਾਰ ਬਾਰ ਕਹਿੰਦਿਆਂ ਨੂੰ। ਅਤੇ ਆਪਣੇ ਦਰਸ਼ਕਾਂ ਨੂੰ ਅਸੀਂ ਰਿਕੁਐਸਟ ਕਰਾਂਗੇ ਵੀ ਜਦੋਂ ਕਿਸੇ ਮੈਰਿਜ ਬਿਊਰੋ ਵਾਲਿਆਂ ਦੀ ਕਾਲ ਆਉਂਦੀ ਆ ਜਾਂ ਮੈਸੇਜ ਆਉਂਦੇ ਨੇ, ਤੁਸੀਂ ਉਹ ਪਲੀਜ਼ ਰਿਕਾਰਡ ਕਰਕੇ ਸਾਨੂੰ ਭੇਜੋ ਤਾਂ ਕਿ ਅਸੀਂ ਵੀ ਐਕਸ਼ਨ ਲਈਏ। ਬਿਲਕੁਲ। ਅਤੇ ਇਹਦੇ ਨਾਲ ਹੀ ਅੱਜ ਬਹੁਤ ਸਾਰੇ ਨਵੇਂ ਰਿਸ਼ਤੇ ਆਏ ਆ ਅਤੇ ਪ੍ਰੋਗਰਾਮ ਦੀ ਹੁਣ ਸ਼ੁਰੂਆਤ ਕਰਦੇ ਹਾਂ। ਹਾਂਜੀ, ਪਹਿਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ ਵਰਦੀ ਲੋੜ ਲਈ। ਅਮੈਰੀਕਾ ਵਿੱਚ ਵੈਲ ਸੈਟਲਡ ਜੱਟ ਸਿੱਖ ਬਰਾੜ ਪਰਿਵਾਰ ਨੂੰ ਆਪਣੀ ਅਮੈਰੀਕਨ ਜੰਪਲ ਬੇਟੀ 1990 ਦੀ ਬੋਰਨ, 5'7" ਲੰਮੀ, ਸੋਹਣੀ ਸੁਨੱਖੀ, ਪਰਿਵਾਰਕ, MD ਡਾਕਟਰ, ਇਸ ਸਮੇਂ ਹੋਸਪਿਟਲ ਵਿੱਚ ਫਿਜ਼ੀਸ਼ੀਅਨ ਦੀ ਵਧੀਆ ਜੌਬ ਕਰ ਰਹੀ, ਟਰੈਵਲਿੰਗ ਦਾ ਸ਼ੌਕ ਰੱਖਦੀ ਬੇਟੀ ਲਈ ਅਮੈਰੀਕਾ ਤੋਂ ਹੀ ਜੰਪਲ ਜਾਂ ਸਿਟੀਜ਼ਨ ਸਿਮੀਲਰਲੀ ਬਰਾਬਰ ਯੋਗਤਾ ਵਾਲੇ ਪ੍ਰੋਫੈਸ਼ਨਲੀ ਕੁਆਲੀਫਾਈਡ, ਨਸ਼ਿਆਂ ਤੋਂ ਰਹਿਤ, ਕਲੀਨ ਸ਼ੇਵ, ਹੈਂਡਸਮ, ਚੰਗੇ ਪਰਿਵਾਰ ਨਾਲ ਸੰਬੰਧਿਤ ਲੜਕੀ ਦੀ ਲੋੜ ਹੈ। ਇਸ ਰਿਸ਼ਤੇ ਬਾਰੇ ਸੀਰੀਅਸ ਲੋਕ ਹੀ ਉਹਨਾਂ ਨੂੰ ਕਾਲ ਕਰਨ ਅਤੇ ਦੂਸਰੇ ਲੋਕ ਬਿਲਕੁਲ ਵੀ ਕਾਲ ਨਾ ਕਰਨ ਜੋ ਕਿ ਕੁਆਲੀਫਾਈਡ ਨਹੀਂ ਹੈਗੇ ਇੰਨੇ। ਅਤੇ ਮੈਰਿਜ ਬਿਊਰੋ ਵਾਲੇ ਅਤੇ ਇੰਡੀਆ ਰਹਿੰਦੇ ਲੜਕੇ ਵੀ ਉਹਨਾਂ ਨੂੰ ਮਾਫ਼ ਕਰਨ। ਆਪਣੀ ਫੋਟੋ ਅਤੇ ਬਾਇਓਡਾਟਾ ਤੁਸੀਂ ਈਮੇਲ 'ਤੇ ਭੇਜ ਸਕਦੇ ਹੋ gndv.113@gmail.com। ਅਤੇ ਜੇ ਤੁਸੀਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਉਹਨਾਂ ਦਾ ਫੋਨ ਨੰਬਰ ਨੋਟ ਕਰ ਲਓ, 1614218-2605। ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ ਜੀਵਨ ਸਾਥਣ ਦੀ ਲੋੜ ਲਈ। ਅਮੈਰੀਕਨ ਸਿਟੀਜ਼ਨ ਜੱਟ ਸਿੱਖ, ਉਮਰ 68 ਸਾਲ, ਕੱਦ 5'7" ਐਥਲੈਟਿਕ ਬਿਲਡ, ਤਲਾਕਸ਼ੁਦਾ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ, ਵਰ ਲਈ ਜੀਵਨ ਵਿੱਚ ਸਾਥ ਦੇਣ ਲਈ ਕੈਨੇਡਾ ਜਾਂ ਅਮੈਰੀਕਾ ਤੋਂ, ਉਮਰ 55 ਸਾਲ ਜਾਂ ਉੱਪਰ ਵਾਲੀ, ਤੰਦਰੁਸਤ ਪਰਿਵਾਰਕ ਜੀਵਨ ਸਾਥਣ ਦੀ ਲੋੜ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ ਹੈ, ਮੈਰਿਜ ਬਿਊਰੋ ਵਾਲੇ ਮੁਆਫ਼ ਕਰਨ। ਹੋਰ ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ 1248-877-8323 ਜਾਂ ਫਿਰ ਈਮੇਲ ID ਹੈ ਜੀ garycheel@gmail.com। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ ਕੰਨਿਆ ਦੀ ਲੋੜ ਲਈ। ਅਮੈਰੀਕਾ ਵਿੱਚ ਵੈਲ ਸੈਟਲਡ ਪੜ੍ਹੇ ਲਿਖੇ ਸਿੱਖ ਪਰਿਵਾਰ ਨੂੰ ਆਪਣੇ ਇੰਡੀਆ ਦੇ ਜਨਮੇ ਅਤੇ ਕੈਨੇਡਾ 'ਚ ਪਲੇ ਬੜੇ, October 1972 ਬੋਰਨ, ਕੱਦ ਹੈ 5'8", ਦਸਤਾਰਧਾਰੀ, ਵੈਸ਼ਨੂ, ਹੈਂਡਸਮ, ਨੈਵਰ ਮੈਰਿਡ, MBA ਹੈਲਥ ਸਰਵਿਸਿਸ ਮੈਨੇਜਮੈਂਟ ਨਾਲ ਡਿਗਰੀ ਹੋਲਡਰ, ਕੈਲੀਫੋਰਨੀਆ ਦੀ ਪ੍ਰੈਸਟੀਜੀਅਸ ਯੂਨੀਵਰਸਿਟੀ ਹੈਲਥ ਕੇਅਰ ਸਿਸਟਮ ਵਿੱਚ ਐਗਜ਼ੀਕਿਊਟਿਵ ਮੈਨੇਜਮੈਂਟ ਪੋਜੀਸ਼ਨ ਦੀ ਵਧੀਆ ਜੌਬ ਕਰ ਰਹੇ ਲੜਕੇ ਵਰ ਲਈ ਅਮੈਰੀਕਾ ਜਾਂ ਕੈਨੇਡਾ ਦੀ ਜੰਪਲ, ਕੱਦ ਘੱਟੋ ਘੱਟ 5'2" ਜਾਂ 5'6" ਦੇ ਵਿਚਕਾਰ ਹੋਵੇ, ਸਿੱਖ ਪਰਿਵਾਰ ਦੀ ਲੜਕੀ ਦੀ ਲੋੜ ਹੈ ਜਿਸਨੇ MD ਜਾਂ PhD ਜਾਂ MBA
ਜਾਂ DDS ਕੀਤੀ ਹੋਵੇ, ਇਹ ਡਿਗਰੀ ਹੋਵੇ ਉਸ ਲੜਕੀ ਕੋਲ, ਅਤੇ ਪ੍ਰੋਫੈਸ਼ਨਲੀ ਇੰਪਲੋਇਡ ਹੋਵੇ ਜਾਂ ਕੈਲੀਫੋਰਨੀਆ ਵਿੱਚ ਇੰਡੀਪੈਂਡੈਂਟਲੀ ਪ੍ਰੈਕਟਿਸ ਕਰਦੀ ਹੋਵੇ, ਅਤੇ ਕੈਲੀਫੋਰਨੀਆ ਰਹਿੰਦੀ ਜਾਂ ਮੂਵ ਹੋਣ ਦੀ ਚਾਹਵਾਨ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰਨ। ਆਪਣਾ ਬਾਇਓਡਾਟਾ ਅਤੇ ਫੋਟੋ ਤੁਸੀਂ ਉਹਨਾਂ ਨੂੰ ਈਮੇਲ 'ਤੇ ਭੇਜ ਕੇ ਸੰਪਰਕ ਕਰ ਸਕਦੇ ਹੋ। ਈਮੇਲ ਐਡਰੈਸ ਹੈ ਜੀ sahluwalia265@gmail.com sahluwalia265@gmail.com। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕੈਨੇਡੀਅਨ ਜੰਪਲ ਜੱਟ ਗੁਰਸਿੱਖ ਖਰੌੜ, ਉਮਰ 25 ਸਾਲ, ਕੱਦ 5 ਫੁੱਟ 10 ਇੰਚ, ਹੈਂਡਸਮ, ਨਸ਼ਿਆਂ ਤੋਂ ਰਹਿਤ, ਚੰਗੀ ਪਰਸਨੈਲਿਟੀ ਦੇ ਮਾਲਕ, ਵਕੀਲ ਲੜਕੇ ਲਈ ਕੈਨੇਡਾ ਤੋਂ ਮੈਡੀਕਲ ਫੀਲਡ ਜਾਂ ਵਕੀਲ ਜਾਂ CPA ਜਾਂ ਪ੍ਰੋਫੈਸ਼ਨਲੀ ਕੁਆਲੀਫਾਈਡ, ਸੋਹਣੀ, ਵੈਸ਼ਨੂ, ਪਰਿਵਾਰ ਨਾਲ ਰਹਿਣ ਦੀ ਚਾਹਵਾਨ ਗੁਰਸਿੱਖ ਲੜਕੀ ਦੀ ਲੋੜ ਹੈ। ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹੇ ਦਾ ਪਰਿਵਾਰ 1990 ਤੋਂ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਮੁਆਫ ਕਰਨ। ਰਿਸ਼ਤਾ ਜੋੜਨ ਦੇ ਚਾਹਵਾਨ ਕਾਲ ਕਰ ਸਕਦੇ ਹਨ 6475045800। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ ਵੱਧਦੀ ਲੋੜ ਲਈ। ਕੈਨੇਡੀਅਨ PR ਜੱਟ ਸਿੰਘ ਗਰੇਵਾਲ, 1991 ਬੋਰਨ, ਕੱਦ ਹੈ 5 ਫੁੱਟ 2 ਇੰਚ, BTECH ਇਨ ਇਲੈਕਟ੍ਰੋਨਿਕ ਕਮਿਊਨੀਕੇਸ਼ਨਸ। ਸੋਹਣੀ ਸੁਨੱਖੀ ਖਾਨਦਾਨੀ ਪਰਿਵਾਰ ਦੀ ਲੜਕੀ ਲਈ ਕੈਨੇਡੀਅਨ ਸਿਟੀਜ਼ਨ ਜਾਂ PR ਜਾਂ ਵਰਕ ਪਰਮਿਟ 'ਤੇ ਕੰਮ ਕਰ ਰਹੇ ਜੱਟ ਸਿੱਖ ਲੜਕੇ ਦੀ ਲੋੜ ਹੈ। ਲੜਕਾ ਮੋਹਾਲੀ, ਲੁਧਿਆਣਾ ਜਾਂ ਪਟਿਆਲੇ ਨਾਲ ਸੰਬੰਧਿਤ ਹੋਵੇ ਅਤੇ ਘੱਟੋ ਘੱਟ 15 ਤੋਂ 20 ਏਕੜ ਜ਼ਮੀਨ ਆਉਂਦੀ ਹੋਵੇ। ਇੰਡੀਆ ਤੋਂ ਲੜਕੇ ਵਾਲੇ ਅਤੇ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ। ਲੜਕੀ ਦੇ ਪਿਤਾ ਕੋਲ 40 ਕਿੱਲੇ ਜ਼ਮੀਨ ਹੈ ਅਤੇ 1 ਭਰਾ ਕੈਨੇਡਾ ਵਿੱਚ ਰਹਿ ਰਿਹਾ ਹੈ। ਹੋਰ ਜਾਣਕਾਰੀ ਲਈ ਇੰਡੀਆ ਦੇ ਵਟਸਐਪ ਨੰਬਰ 'ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਨੰਬਰ ਨੋਟ ਕਰ ਲਓ ਜੀ +91 8872331074। ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕੈਨੇਡਾ ਵਿੱਚ ਰਹਿੰਦੇ ਵੈਲ ਸੈਟਲਡ, ਵੈਲ ਐਜੂਕੇਟਿਡ ਜੱਟ ਸਿੱਖ ਪਰਿਵਾਰ ਦਾ ਕੈਨੇਡੀਅਨ ਬੋਰਨ, 1981 ਦਾ ਜਨਮ, ਕੱਦ 5 ਫੁੱਟ 9 ਇੰਚ, ਨੈਵਰ ਮੈਰਿਡ, ਫਾਈਨੈਂਸ ਡਿਗਰੀ ਹੋਲਡਰ, ਬੈਂਕ ਵਿੱਚ ਸੀਨੀਅਰ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਵਧੀਆ ਜੌਬ ਕਰਦੇ, ਹੈਂਡਸਮ, ਨਸ਼ਿਆਂ ਤੋਂ ਰਹਿਤ। ਲੜਕੇ ਲਈ ਕੈਨੇਡਾ ਤੋਂ ਪੜ੍ਹੀ ਲਿਖੀ ਸੁੰਦਰ ਸੁਸ਼ੀਲ ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ, ਵਿਜ਼ਿਟਰ ਜਾਂ ਵਰਕ ਪਰਮਿਟ 'ਤੇ ਆਈ ਲੜਕੀ 'ਤੇ ਵੀ ਵਿਚਾਰ ਕੀਤੀ ਜਾਵੇਗੀ। ਅਮੈਰੀਕਾ ਤੋਂ ਕੈਨੇਡਾ ਮੂਵ ਹੋਣ ਦੀ ਚਾਹਵਾਨ ਲੜਕੀ ਵੀ ਸੰਪਰਕ ਕਰ ਸਕਦੀ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ ਹੈ। ਹੋਰ ਵਧੇਰੇ ਜਾਣਕਾਰੀ ਦੇ ਲਈ ਕਾਲ ਕਰ ਸਕਦੇ ਹੋ ਜੀ 1905-815-3396। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕੈਨੇਡਾ 'ਚ ਵਰਕ ਪਰਮਿਟ 'ਤੇ ਕੰਮ ਕਰ ਰਹੇ ਜੱਟ ਸਿੱਖ, ਉਮਰ 40 ਸਾਲ, ਕੱਦ ਹੈ 5 ਫੁੱਟ 10 ਇੰਚ, ਗ੍ਰੈਜੂਏਟ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਵੈਸ਼ਨੂ, ਹੈਂਡਸਮ, ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਇਸ ਲੜਕੇ ਲਈ ਕੈਨੇਡੀਅਨ ਸਿਟੀਜ਼ਨ ਜਾਂ PR ਲੜਕੀ ਦੀ ਲੋੜ ਹੈ। ਜਾਤ ਪਾਤ ਦਾ ਉਹਨਾਂ ਨੂੰ ਕੋਈ ਬੰਧਨ ਨਹੀਂ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ। ਵਧੇਰੇ ਜਾਣਕਾਰੀ ਲਈ ਤੁਸੀਂ ਉਹਨਾਂ ਦਾ ਨੰਬਰ ਨੋਟ ਕਰ ਲਓ 1236268-0042। ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕੈਨੇਡੀਅਨ ਜੰਪਲ ਜੱਟ ਸਿੱਖ, ਉਮਰ 27 ਸਾਲ, ਕੱਦ 6 ਫੁੱਟ 3 ਇੰਚ, ਮਲਟੀਮੀਡੀਆ ਡਿਜ਼ਾਈਨ ਐਂਡ ਡਿਵੈਲਪਮੈਂਟ ਡਿਪਲੋਮਾ ਹੋਲਡਰ, ਇਸ ਸਮੇਂ ਡਾਟਾ ਕਲਰਕ ਦੀ ਵਧੀਆ ਜੌਬ ਕਰਦੇ, ਹੈਂਡਸਮ, ਨਸ਼ਿਆਂ ਤੋਂ ਰਹਿਤ।
ਲੜਕੇ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਜੰਪਲ ਜਾਂ ਸਿਟੀਜ਼ਨ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੈ, ਮੈਰਿਜ ਬਿਊਰੋ ਵਾਲੇ ਮੁਆਫ਼ ਕਰਨ। ਹੋਰ ਜਾਣਕਾਰੀ ਦੇ ਲਈ ਕਾਲ ਕਰ ਸਕਦੇ ਹੋ 416-262-1738। ਅਗਲਾ ਰਿਸ਼ਤਾ ਮੈਂ ਪੜ੍ਹ ਜਾ ਰਹੀ ਹਾਂ ਜੀ, ਲੜਕੀ ਦੀ ਲੋੜ ਲਈ। ਕੈਨੇਡੀਅਨ ਸਿਟੀਜ਼ਨ ਜੱਟ ਸਿੱਖ, 1995 ਬੋਰਨ, ਕਦਬ 6 ਫੁੱਟ, IT ਦੀ ਸਰਕਾਰੀ ਜੋਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਦਸਤਾਰਧਾਰੀ, ਵੈਸ਼ਨੂ, ਹੈਂਡਸਮ ਲੜਕੇ ਲਈ। ਕੈਨੇਡੀਅਨ ਸਿਟੀਜ਼ਨ ਜਾਂ ਛੋਟੀ ਹੁੰਦੀ ਆਈ ਜੱਟ ਸਿੱਖ ਪੜ੍ਹੀ ਲਿਖੀ ਪਰਿਵਾਰਕ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਉਹਨਾਂ ਨੂੰ ਫੋਨ ਨਾ ਕਰਨ। ਵਧੇਰੇ ਜਾਣਕਾਰੀ ਲਈ 437-260-7466 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ, ਵਰ ਦੀ ਲੋੜ ਲਈ। ਕੈਨੇਡਾ ਵਿੱਚ ਵਰਕ ਪਰਮਿਟ 'ਤੇ ਆਈ ਜੱਟ ਸਿੱਖ ਮਾਂਗਟ, 2001 ਬੋਰਨ, ਕੱਦ 5 ਫੁੱਟ 6 ਇੰਚ, ਬਿਜ਼ਨਸ ਅਕਾਊਂਟਿੰਗ ਡਿਪਲੋਮਾ ਹੋਲਡਰ, ਵਧੀਆ ਜੋਬ ਕਰਦੀ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਲਈ। ਕੈਨੇਡਾ ਤੋਂ ਪੜ੍ਹੇ ਲਿਖੇ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਪਰਿਵਾਰ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੈ, ਮੈਰਿਜ ਬਿਊਰੋ ਵਾਲੇ ਮੁਆਫ਼ ਕਰਨ। ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ 6479690410 ਜਾਂ ਫਿਰ ਦੂਸਰਾ ਨੰਬਰ ਹੈ +91985560560। ਅਗਲਾ ਰਿਸ਼ਤਾ ਹੈ ਜੀ, ਲੜਕੀ ਦੀ ਲੋੜ ਲਈ। ਕੈਨੇਡਾ 'ਚ 22 ਸਾਲ ਤੋਂ ਰਹਿੰਦੇ ਵੈਲ ਸੈਟਲਡ ਜੱਟ ਸਿੱਖ ਗਰੇਵਾਲ ਪਰਿਵਾਰ ਦਾ ਬੇਟਾ, ਕੈਨੇਡੀਅਨ ਸਿਟੀਜ਼ਨ, ਛੋਟੇ ਹੁੰਦੇ ਆਏ, ਉਮਰ 28 ਸਾਲ, ਕੱਦ ਹੈ 5 ਫੁੱਟ 8 ਇੰਚ, ਸੋਫਟਵੇਅਰ ਇੰਜੀਨੀਅਰਿੰਗ ਕੀਤੀ ਹੈ ਕਾਰਲਟਨ ਯੂਨੀਵਰਸਿਟੀ ਓਟਵਾ ਤੋਂ, ਸੀਨੀਅਰ ਸੋਫਟਵੇਅਰ ਇੰਜੀਨੀਅਰ ਡਿਵੈਲਪਰ ਦੀ ਵਧੀਆ ਜੋਬ ਕਰ ਰਹੇ, ਹੈਂਡਸਮ, ਨਸ਼ਿਆਂ ਤੋਂ ਰਹਿਤ ਲੜਕੇ ਲਈ। ਕੈਨੇਡਾ ਤੋਂ ਸਿਟੀਜ਼ਨ ਜਾਂ ਛੋਟੀ ਹੁੰਦੀ ਆਈ, ਪ੍ਰੋਫੈਸ਼ਨਲੀ ਕੁਆਲੀਫਾਈਡ, ਸੋਹਣੀ ਸੁਨੱਖੀ, ਪਰਿਵਾਰਕ, ਪੜ੍ਹੇ ਲਿਖੇ ਪਰਿਵਾਰ ਦੀ ਲੜਕੀ ਦੀ ਲੋੜ ਹੈ। ਲੜਕੇ ਦੀ ਮਾਤਾ ਪੀਲ ਬੋਰਡ ਵਿੱਚ ਟੀਚਰ ਹੈ ਅਤੇ ਪਿਤਾ ਦਾ ਆਪਣਾ ਬਿਜ਼ਨਸ ਹੈ। ਇੱਕ ਭੈਣ ਹੈ ਜੋ ਕਿ ਮੈਰਿਡ ਹੈ ਅਤੇ ਵੈਲ ਸੈਟਲਡ ਹੈ। ਪਰਿਵਾਰ ਦੀ ਇੰਡੀਆ ਅਤੇ ਕੈਨੇਡਾ ਵਿੱਚ ਪੇਂਡੂ ਅਤੇ ਸ਼ਹਿਰੀ ਜਾਇਦਾਦ ਵੀ ਹੈ। ਮੈਰਿਜ ਬਿਊਰੋ ਵਾਲੇ ਮੁਆਫ਼ ਕਰਨ। ਵਧੇਰੇ ਜਾਣਕਾਰੀ ਲਈ ਉਹਨਾਂ ਦਾ ਨੰਬਰ ਨੋਟ ਕਰ ਲਓ ਜੀ, 6477233827 ਜਾਂ 6477823827 ਜਾਂ 6477737114। ਰਿਸ਼ਤਾ ਹੈ ਜੀ ਵਰ ਦੀ ਲੋੜ ਲਈ। ਅਮੈਰੀਕਨ ਸਿਟੀਜ਼ਨ ਜੱਟ ਸਿੱਖ, 1987 ਬੋਰਨ, ਕੱਦ 5 ਫੁੱਟ 3 ਇੰਚ, ਐਸੋਸੀਏਟ ਇਨ ਰੇਡੀਏਸ਼ਨ ਟੈਕਨੋਲੋਜੀ, ਬੈਚਲਰ ਇਨ ਇਨਫੋਰਮੇਸ਼ਨ ਸਿਸਟਮ, ਵਧੀਆ ਸਰਕਾਰੀ ਜੋਬ ਕਰਦੀ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਲਈ। ਪੜ੍ਹੇ ਲਿਖੇ ਜੱਟ ਸਿੱਖ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਅਮੈਰੀਕਾ ਵਿੱਚ ਗ੍ਰੀਨ ਕਾਰਡ ਸਟੂਡੈਂਟ ਜਾਂ ਵਿਜ਼ਿਟਰ ਵੀਜ਼ੇ 'ਤੇ ਆਏ ਜਾਂ ਕੈਨੇਡਾ ਵਿੱਚ ਸਟੂਡੈਂਟ ਜਾਂ ਵਿਜ਼ਿਟਰ ਵੀਜ਼ੇ 'ਤੇ ਆਏ ਲੜਕੇ ਜੋ ਅਮਰੀਕਾ ਮੂਵ ਹੋਣਾ ਚਾਹੁੰਦੇ ਹਨ, ਉਹ ਵੀ ਸੰਪਰਕ ਕਰ ਸਕਦੇ ਹਨ। ਇੰਡੀਆ ਰਹਿੰਦੇ ਲੜਕੇ ਅਤੇ ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮੁਆਫ਼ ਕਰਨ। ਹੋਰ ਵਧੇਰੇ ਪੁੱਛਗਿੱਛ ਦੇ ਲਈ ਕਾਲ ਕਰ ਸਕਦੇ ਹੋ ਜੀ 1516-846-8637। ਅਗਲਾ ਰਿਸ਼ਤਾ ਮੈਂ ਪੜ੍ਹ ਜਾ ਰਹੀ ਹਾਂ ਵਰਦੀ ਲੋੜ ਲਈ। ਕੈਨੇਡਾ 'ਚ ਵੈਲ ਸੈਟਲਡ ਜੱਟ ਸਿੱਖ ਸਿੱਧੂ ਪਰਿਵਾਰ ਨੂੰ ਆਪਣੀ ਕੈਨੇਡੀਅਨ ਜੰਪਲ ਬੇਟੀ, ਉਮਰ ਹੈ 25 ਸਾਲ, ਕੱਦ ਹੈ 5 ਫੁੱਟ 7 ਇੰਚ, BBA ਡਿਗਰੀ ਹੋਲਡਰ, ਵੱਡੀ ਅਕਾਊਂਟਿੰਗ ਫਰਮ ਵਿੱਚ ਅਕਾਊਂਟੈਂਟ ਦੀ ਵਧੀਆ ਜੋਬ ਕਰਦੀ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਲਈ। ਕੈਨੇਡਾ ਦੇ GTA ਏਰੀਏ ਵਿੱਚ ਰਹਿੰਦੇ ਜੰਪਲ ਜੱਟ ਸਿੱਖ,
ਪੜ੍ਹੇ ਲਿਖੇ ਦਸਤਾਰਧਾਰੀ ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰਨ। ਆਪਣੀ ਫੋਟੋ ਅਤੇ ਬਾਇਓਡਾਟਾ ਤੁਸੀਂ ਉਹਨਾਂ ਨੂੰ ਈਮੇਲ 'ਤੇ ਭੇਜ ਸਕਦੇ ਹੋ GSIDHU20@hotmail.com 'ਤੇ, ਜਾਂ ਜੇ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਨੰਬਰ ਹੈ ਜੀ 6474087119। ਰਿਸ਼ਤਾ ਮੈਂ ਪੜ੍ਹਨ 'ਚ ਆ ਰਹੀ ਹਾਂ ਜੀ। ਵੱਧ ਦੀ ਲੋੜ ਲਈ ਕੈਨੇਡਾ ਵਿੱਚ ਰਹਿੰਦੇ ਵੈੱਲ ਸੈਟਲਡ ਜੱਟ ਸਿੱਖ ਪਰਿਵਾਰ ਨੂੰ ਆਪਣੀ ਕੈਨੇਡੀਅਨ ਜੰਮਪਲ ਬੇਟੀ ਉਮਰ 29 ਸਾਲ, ਕੱਦ 5'3", ਬਹੁਤ ਸੋਹਣੀ, ਸੁਸ਼ੀਲ, ਪਰਿਵਾਰ ਨਾਲ ਰਹਿੰਦੀ, ਯੂਨੀਵਰਸਿਟੀ ਗ੍ਰੈਜੂਏਟ, ਗੌਰਮੈਂਟ ਦੀ ਵਧੀਆ ਜੌਬ ਕਰਦੀ ਲੜਕੀ ਦੇ ਲਈ ਕੈਨੇਡਾ ਤੋਂ ਪ੍ਰੋਫੈਸ਼ਨਲੀ ਕੁਆਲੀਫਾਈਡ, ਹੈਂਡਸਮ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਜੰਮਪਲ ਜਾਂ ਛੋਟੇ ਹੁੰਦੇ ਕੈਨੇਡਾ ਆਏ ਲੜਕੇ ਦੀ ਲੋੜ ਹੈ। ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ 4166782384, ਜਾਂ ਫਿਰ ਆਪਣਾ ਬਾਇਓਡਾਟਾ ਅਤੇ ਫੋਟੋ ਈਮੇਲ ID 'ਤੇ ਵੀ ਭੇਜ ਸਕਦੇ ਹੋ KOREN SINGH@yahoo.com। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਕੰਨਿਆ ਦੀ ਲੋੜ ਲਈ ਅਤੇ ਲੜਕੇ ਦੀ ਫੋਟੋ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ। ਕੈਨੇਡੀਅਨ ਸਿਟੀਜ਼ਨ ਜੱਟ ਸਿੱਖ ਬਰਾੜ, 1989 ਬੋਰਨ, ਕੱਦ ਹੈ 6'1", BCA ਇੰਡੀਆ ਤੋਂ ਕੀਤੀ ਹੈ, ਕੰਪਿਊਟਰ ਨੈਟਵਰਕਿੰਗ ਡਿਪਲੋਮਾ ਹੋਲਡਰ ਹੈ ਕੈਨੇਡਾ ਤੋਂ, IT ਪ੍ਰੋਫੈਸ਼ਨਲ ਦੀ ਵਧੀਆ ਜੌਬ ਕਰਦੇ, ਹੈਂਡਸਮ, ਨਸ਼ਿਆਂ ਤੋਂ ਰਹਿਤ ਲੜਕੇ ਲਈ ਕੈਨੇਡਾ ਤੋਂ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵਿਜ਼ਟਰ ਜਾਂ ਵਰਕ ਪਰਮਿਟ 'ਤੇ ਆਈ ਲੜਕੀ 'ਤੇ ਵੀ ਵਿਚਾਰ ਕੀਤਾ ਜਾਵੇਗਾ। ਲੜਕੀ ਦੀ ਉਮਰ 30 ਸਾਲ ਤੋਂ ਘੱਟ ਅਤੇ ਕੱਦ ਘੱਟੋ ਘੱਟ 5'5" ਹੋਣਾ ਚਾਹੀਦਾ ਹੈ। ਲੜਕੇ ਕੋਲ ਇੰਡੀਆ ਅਤੇ ਕੈਨੇਡਾ ਵਿੱਚ ਆਪਣਾ ਘਰ ਅਤੇ ਪ੍ਰੋਪਰਟੀ ਵੀ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰਨ। ਵਧੇਰੇ ਜਾਣਕਾਰੀ ਲਈ ਤੁਸੀਂ ਉਹਨਾਂ ਦਾ ਨੰਬਰ ਨੋਟ ਕਰ ਲਓ 1-365-998-5501 ਜਾਂ 365-998-9898। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਲੜਕੀ ਦੀ ਲੋੜ ਲਈ। ਕੈਨੇਡਾ ਵਿੱਚ ਰਹਿੰਦੇ ਵੈੱਲ ਸੈਟਲਡ ਐਫਲੂਐਂਟ ਜੱਟ ਸਿੱਖ ਪਰਿਵਾਰ ਦੇ ਕੈਨੇਡੀਅਨ ਸਿਟੀਜ਼ਨ ਓਨਟੈਰੀਓ ਦੇ ਜੰਮਪਲ, ਉਮਰ 33 ਸਾਲ, ਕੱਦ 5'11", ਨੈਵਰ ਮੈਰਿਡ, ਸਕਸੈਸਫੁਲ ਐਂਟਰਪ੍ਰਨਿਓਰ, ਬੈਚਲਰਸ ਇਨ ਇੰਜੀਨੀਅਰਿੰਗ, ਨਸ਼ਿਆਂ ਤੋਂ ਰਹਿਤ ਲੜਕੇ ਲਈ ਓਨਟੈਰੀਓ ਰਹਿੰਦੀ ਜਾਂ ਮੂਵ ਹੋਣ ਦੀ ਚਾਹਵਾਨ, ਪੜ੍ਹੀ ਲਿਖੀ, ਨੈਵਰ ਮੈਰਿਡ, ਕੈਨੇਡੀਅਨ ਜਾਂ ਅਮੈਰੀਕਨ ਜੰਮਪਲ, ਜਾਂ ਛੋਟੀ ਹੁੰਦੀ ਆਈ 25-30 ਸਾਲ ਉਮਰ ਅਤੇ 5'3" ਤੋਂ 5'9" ਵਿਚਕਾਰ ਕੱਦ ਵਾਲੀ ਜੱਟ ਸਿੱਖ ਜਾਂ ਹਿੰਦੂ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਮੁਆਫ਼ ਕਰਨ। ਵਟਸਐਪ 'ਤੇ ਸੰਪਰਕ ਕਰ ਸਕਦੇ ਹੋ ਜਾਂ ਫਿਰ ਮੈਸੇਜ ਵੀ ਡ੍ਰੌਪ ਕਰ ਸਕਦੇ ਹੋ 5199290749, ਜਾਂ ਫਿਰ ਈਮੇਲ ID 'ਤੇ ਵੀ ਸੰਪਰਕ ਕਰ ਸਕਦੇ ਹੋ rishta_2024@outlook.com। ਅਗਲਾ ਰਿਸ਼ਤਾ ਲੜਕੀ ਦੀ ਲੋੜ ਲਈ ਹੈ ਜੀ, ਅਤੇ ਫੋਟੋ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਲੜਕੇ ਦੀਆਂ। ਕੈਨੇਡਾ 'ਚ ਵਰਕ ਪਰਮਿਟ ਅਪਲਾਈਡ ਸਟੇਟਸ 'ਤੇ ਰਹਿੰਦੇ ਸੈਨੀ ਸਿੱਖ ਪਾਬਲਾ, 1985 ਬੋਰਨ, ਕੱਦ ਹੈ 5'8", ਨੈਵਰ ਮੈਰਿਡ, ਇੰਡੀਆ ਤੋਂ LLB ਅਤੇ LLM, ਕੈਨੇਡਾ 'ਚ NCA ਦੇ ਪੇਪਰ ਦੀ ਤਿਆਰੀ ਕਰਦੇ, ਸੈਲਫ ਇੰਪਲੋਇਡ ਲੋਇਰ, ਹੈਂਡਸਮ, ਨਸ਼ਿਆਂ ਤੋਂ ਰਹਿਤ ਵੈਸ਼ਨੂ ਲੜਕੇ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਪੜ੍ਹੀ ਲਿਖੀ ਸੋਹਣੀ ਪਰਿਵਾਰ ਨਾਲ ਰਹਿਣ ਦੀ ਚਾਹਵਾਨ ਸਿਟੀਜ਼ਨ ਜਾਂ PR ਚੰਗੇ ਪਰਿਵਾਰ ਨਾਲ ਸੰਬੰਧਿਤ ਲੜਕੀ ਦੀ ਲੋੜ ਹੈ। ਲੜਕੇ ਦਾ ਇੱਕ ਭਰਾ ਆਸਟ੍ਰੇਲੀਆ ਅਤੇ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ ਅਤੇ ਲੜਕਾ ਅਮੈਰੀਕਾ ਵਿੱਚ ਮੂਵ ਵੀ ਹੋ ਸਕਦਾ ਹੈ।
ਜਾਤ ਪਾਤ ਦਾ ਕੋਈ ਬੰਧਨ ਨਹੀਂ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ ਕਰਨ। ਸੰਪਰਕ ਕਰਨ ਲਈ ਉਹਨਾਂ ਨੂੰ ਤੁਸੀਂ ਫੋਨ ਕਰ ਸਕਦੇ ਹੋ 2897726017 'ਤੇ ਜਾਂ 6472039598 'ਤੇ। ਅਤੇ ਇੱਕ ਉਹਨਾਂ ਨੇ ਈਮੇਲ ਐਡਰੈਸ ਵੀ ਦਿੱਤਾ ਹੈ ANDY_PABLA@yahoo.com। ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕੈਨੇਡਾ ਵਿੱਚ ਸਟੂਡੈਂਟ ਵੀਜ਼ੇ 'ਤੇ ਆਏ ਜੱਟ ਸਿੱਖ ਅੰਮ੍ਰਿਤਧਾਰੀ ਸਿੱਧੂ, ਉਮਰ 26 ਸਾਲ, ਕੱਦ 6 ਫੁੱਟ, ਇੰਡੀਆ ਤੋਂ BCA, ਕੈਨੇਡਾ ਤੋਂ ਕੰਪਿਊਟਰ ਡਿਪਲੋਮਾ ਕਰਦੇ ਅਤੇ ਨਾਲ ਵਧੀਆ ਜੋਬ ਕਰਦੇ। ਹੈਂਡਸਮ ਲੜਕੇ ਲਈ ਕੈਨੇਡਾ ਤੋਂ ਸਿਟੀਜ਼ਨ ਜਾਂ PR, ਚੰਗੇ ਪਰਿਵਾਰ ਨਾਲ ਸੰਬੰਧਿਤ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ। ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਲੜਕੇ ਦੀਆਂ ਦੋਵੇਂ ਭੈਣਾਂ ਕੈਨੇਡਾ ਦੇ ਵਿੱਚ ਵਿਆਹੀਆਂ ਹੋਈਆਂ ਹਨ ਅਤੇ ਵੈਲ ਸੈਟਲਡ ਹਨ। ਪੇਰੈਂਟਸ ਵੀ ਵਿਜ਼ਿਟਰ ਵੀਜ਼ੇ 'ਤੇ ਆਏ ਹੋਏ ਹਨ। ਮੈਰਿਜ ਬਿਊਰੋ ਵਾਲੇ ਮੁਆਫ ਕਰਨ। ਹੋਰ ਵਧੇਰੇ ਜਾਣਕਾਰੀ ਦੇ ਲਈ ਕਾਲ ਕਰ ਸਕਦੇ ਹੋ 6478078766 ਜਾਂ ਫਿਰ ਇੰਡੀਆ ਦਾ ਨੰਬਰ ਹੈ +91991522318। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕਨੇਡੀਅਨ PR ਰਾਮਗੜੀਆ ਸਿੱਖ, ਉਮਰ 28 ਸਾਲ, ਕੱਦ ਹੈ 5 ਫੁੱਟ 11 ਇੰਚ, ਇੰਡੀਆ ਤੋਂ BTech ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ, ਕੈਨੇਡਾ ਤੋਂ ਕੰਪਿਊਟਰ ਨੈਟਵਰਕਿੰਗ ਦੀ ਪੜ੍ਹਾਈ ਕਰਕੇ ਇਸ ਸਮੇਂ ਕੈਨੇਡਾ ਵਿੱਚ ਵਧੀਆ ਕੰਮ ਕਰ ਰਹੇ ਨਸ਼ਿਆਂ ਤੋਂ ਰਹਿਤ ਦਸਤਾਰਧਾਰੀ ਹੈਂਡਸਮ ਲੜਕੇ ਲਈ ਕੈਨੇਡਾ, ਅਮੈਰੀਕਾ ਜਾਂ ਇੰਡੀਆ ਤੋਂ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੰਮੀ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਇੱਕ ਭੈਣ ਆਸਟ੍ਰੇਲੀਆ ਅਤੇ ਇੱਕ ਭੈਣ ਕੈਨੇਡਾ ਵਿੱਚ ਵੈਲ ਸੈਟਲਡ ਹੈ। ਮਾਤਾ ਪਿਤਾ ਦਾ ਵੀ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਹੈ। ਲੜਕੇ ਦਾ ਪਰਿਵਾਰ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਹੈ। ਜੱਟ ਸਿੱਖ ਪਰਿਵਾਰ ਵੀ ਸੰਪਰਕ ਕਰ ਸਕਦੇ ਹਨ ਉਹਨਾਂ ਨੂੰ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ ਕਰਨ। ਹੋਰ ਜਾਣਕਾਰੀ ਲਈ ਤੁਸੀਂ ਵਟਸਐਪ ਨੰਬਰ ਨੋਟ ਕਰ ਲਓ +91 9599 9592252701 ਅਤੇ ਇੱਕ ਕੈਨੇਡਾ ਦਾ ਨੰਬਰ ਹੈ 4386804492। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕੈਨੇਡਾ ਵਿੱਚ ਵੈਲ ਸੈਟਲਡ ਜੱਟ ਸਿੱਖ ਗਰੇਵਾਲ ਪਰਿਵਾਰ ਨੂੰ ਆਪਣੇ ਕੈਨੇਡੀਅਨ ਜੰਮਪਲ ਬੇਟੇ, ਉਮਰ 32 ਸਾਲ, ਕੱਦ 5 ਫੁੱਟ 10 ਇੰਚ, ਵਾਟਰਲੂ ਯੂਨੀਵਰਸਿਟੀ ਤੋਂ BA, ਇੰਗਲੈਂਡ ਤੋਂ LLB, ਇਸ ਸਮੇਂ ਮੇਜਰ ਬੈਂਕ ਦੇ ਨਾਲ ਵਧੀਆ ਜੋਬ ਕਰਦੇ, ਹੈਂਡਸਮ, ਨਸ਼ਿਆਂ ਤੋਂ ਰਹਿਤ ਲੜਕੇ ਲਈ ਕੈਨੇਡਾ ਤੋਂ ਜੰਮਪਲ ਜਾਂ ਛੋਟੀ ਹੁੰਦੀ ਆਈ ਪ੍ਰੋਫੈਸ਼ਨਲੀ ਕੁਆਲੀਫਾਈਡ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੇ ਪਰਿਵਾਰ ਦੇ ਕੈਨੇਡਾ ਵਿੱਚ ਆਪਣੇ ਬਿਜ਼ਨਸ ਹਨ। ਮੈਰਿਜ ਬਿਊਰੋ ਵਾਲੇ ਮੁਆਫ ਕਰਨ। ਸੰਪਰਕ ਕਰ ਸਕਦੇ ਹੋ ਜੀ 2896525425। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ ਲੜਕੀ ਦੀ ਲੋੜ ਲਈ। ਕੈਨੇਡੀਅਨ ਸਿਟੀਜ਼ਨ ਸੋਫਟਵੇਅਰ ਇੰਜੀਨੀਅਰ ਜੱਟ ਸਿੱਖ ਲੜਕਾ, ਉਮਰ 27 ਸਾਲ, ਅਮੈਰੀਕਾ ਦੀ ਇੱਕ ਵੱਡੀ ਕੰਪਨੀ ਵਿੱਚ ਕੰਮ ਕਰ ਰਿਹਾ ਹੈ ਅਤੇ ਅਮੈਰੀਕਾ ਜਾਂ ਕੈਨੇਡਾ ਦੀ ਜੰਪਲ ਹਾਈਲੀ ਐਜੂਕੇਟਡ ਵਧੀਆ ਜੋਬ ਕਰ ਰਹੀ ਲੜਕੀ ਦੀ ਲੋੜ ਹੈ ਉਹਨਾਂ ਨੂੰ। ਲੜਕਾ ਕੈਨੇਡਾ ਵਿੱਚ ਆਪਣੇ 2 ਘਰਾਂ ਦਾ ਮਾਲਕ ਹੈ। ਅਮੈਰੀਕਾ ਵਿੱਚ ਹੀ ਪੱਕੇ ਤੌਰ 'ਤੇ ਰਹਿਣਾ ਚਾਹੁੰਦਾ ਹੈ। ਸੋ ਸਿਰਫ ਉਹੀ ਪਰਿਵਾਰ ਉਹਨਾਂ ਨੂੰ ਸੰਪਰਕ ਕਰਨ ਜਿਨ੍ਹਾਂ ਦੀ ਬੇਟੀ ਅਮੈਰੀਕਾ ਵਿੱਚ ਪੱਕੀ ਹੈ ਜਾਂ ਕੈਨੇਡੀਅਨ ਬੋਰਨ ਹੋਵੇ ਲੜਕੀ ਹੋਵੇ ਤਾਂ ਉਹ ਅਮੈਰੀਕਾ ਵਿੱਚ ਮੂਵ ਹੋਣ ਦੀ ਚਾਹਵਾਨ ਹੋਵੇ। ਆਪਣੀ ਫੋਟੋ ਅਤੇ ਬਾਇਓਡਾਟਾ ਤੁਸੀਂ ਉਹਨਾਂ ਨੂੰ ਈਮੇਲ 'ਤੇ ਭੇਜ ਸਕਦੇ ਹੋ JAGJIT1541SING@gmail.com
ਜਾਂ ਫੋਨ ਕਰਨਾ ਹੈ ਤਾਂ ਨੰਬਰ ਨੋਟ ਕਰ ਲਓ 604-345-2500 ਜਾਂ 604-961-9235। ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ ਕੈਨੇਡਾ ਵਿੱਚ ਵਰਕ ਪਰਮਿਟ 'ਤੇ ਆਏ PR ਅਪਲਾਈਡ ਸਟੇਟਸ ਨਾਲ ਕੰਮ ਕਰਦੇ ਜੱਟ ਸਿੱਖ, ਉਮਰ 30 ਸਾਲ, ਕੱਦ 5'10", ਇਲੈਕਟ੍ਰੀਸ਼ੀਅਨ ਡਿਪਲੋਮਾ ਹੋਲਡਰ, ਦਸਤਾਰਧਾਰੀ, ਹੈਂਡਸਮ, ਬਿਨਾਂ ਬੱਚੇ ਤੋਂ ਤਲਾਕਸ਼ੁਦਾ, ਪੰਜਾਬ ਵਿੱਚ ਚੰਗੀ ਜਾਇਦਾਦ ਦੇ ਮਾਲਕ। ਲੜਕੇ ਦੇ ਲਈ ਕੈਨੇਡਾ ਤੋਂ ਸਿਟੀਜ਼ਨ, ਇਮੀਗ੍ਰੈਂਟ, ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਆਏ ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ ਹੈ। ਮੈਰਿਜ ਬਿਊਰੋ ਵਾਲਿਓ ਕਿਰਪਾ ਕਰਕੇ ਇਹਨਾਂ ਨੂੰ ਮਾਫ਼ ਕਰਨ ਜੀ। ਹੋਰ ਵਧੇਰੇ ਜਾਣਕਾਰੀ ਦੇ ਲਈ ਕਾਲ ਕਰ ਸਕਦੇ ਹੋ 4318777032 ਜਾਂ ਫਿਰ 1263-880-5432। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ ਅਮੈਰੀਕਨ ਸਿਟੀਜ਼ਨ ਜੱਟ ਸਿੱਖ ਧਾਲੀਵਾਲ, ਉਮਰ ਹੈ 29 ਸਾਲ, ਕੱਦ ਹੈ 5'9", BSc ਕੀਤੀ ਹੈ ਬਾਇਓਸਾਇੰਸ ਨਾਲ, ਵੱਡੀ ਕੰਪਨੀ ਵਿੱਚ ਟੈਕਨੀਕਲ ਇਨਵੈਸਟੀਗੇਟਰ ਦੀ ਵਧੀਆ ਜੋਬ ਕਰਦੇ, ਹੈਂਡਸਮ, ਨਸ਼ਿਆਂ ਤੋਂ ਰਹਿਤ ਲੜਕੇ ਲਈ ਅਮੈਰੀਕਨ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਜਾਂ ਕੈਨੇਡਾ ਤੋਂ ਅਮੈਰੀਕਾ ਮੂਵ ਹੋਣ ਦੀ ਚਾਹਵਾਨ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਚੰਗੇ ਪਰਿਵਾਰ ਨਾਲ ਸੰਬੰਧਿਤ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਅਮੈਰੀਕਾ 'ਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ। ਸੰਪਰਕ ਕਰਨ ਲਈ ਫੋਨ ਮਿਲਾ ਸਕਦੇ ਹੋ ਤੁਸੀਂ 1267-694-3092 'ਤੇ ਜਾਂ 2676-694-5567 'ਤੇ। ਅਗਲਾ ਰਿਸ਼ਤਾ ਮੈਂ ਪੜ੍ਹਨ ਜਾ ਰਹੀ ਹਾਂ ਜੀ ਵਾਰ ਦੀ ਲੋੜ ਲਈ। ਜੱਟ ਸਿੱਖ ਬੈਨੀਪਾਲ, ਸੋਹਣੀ ਖਾਨਦਾਨੀ ਪਰਿਵਾਰ ਦੀ ਬੇਟੀ, ਉਮਰ 35 ਸਾਲ, ਕੱਦ 5'4", ਘੱਟ ਬੋਲਦੀ ਅਤੇ ਕੰਨਾਂ ਵਿੱਚ ਸੁਣਨ ਵਾਲੀ ਮਸ਼ੀਨ ਵਰਤਦੀ ਲੜਕੀ, ਜੋ ਆਪਣਾ ਸਿਲਾਈ ਬੁਟੀਕ ਚਲਾਉਂਦੀ ਹੈ ਅਤੇ ਬਿਊਟੀਸ਼ੀਅਨ ਦਾ 1 ਸਾਲ ਦਾ ਡਿਪਲੋਮਾ ਕੀਤਾ ਹੋਇਆ, ਕੈਨੇਡਾ ਦਾ ਵਿਜ਼ਿਟਰ ਵੀਜ਼ਾ ਲੱਗਿਆ ਹੋਇਆ। ਇਸ ਲੜਕੀ ਦੇ ਲਈ ਕੈਨੇਡੀਅਨ ਸਿਟੀਜ਼ਨ ਜਾਂ PR, ਜੱਟ ਸਿੱਖ, ਨਸ਼ਿਆਂ ਤੋਂ ਰਹਿਤ, ਲੋੜਵੰਦ ਪਰਿਵਾਰ ਦੇ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੈ। BC ਅਤੇ ਕੈਲਗਰੀ ਨੂੰ ਪਹਿਲ ਦਿੱਤੀ ਜਾਵੇਗੀ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਇਸ ਪਰਿਵਾਰ ਨੂੰ ਮਾਫ਼ ਕਰਨ। ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨੰਬਰਾਂ ਦੇ ਉੱਤੇ 1604-825-2606 ਜਾਂ ਫਿਰ ਦੂਸਰਾ ਨੰਬਰ ਹੈ ਜੋ ਕਿ ਇੰਡੀਆ ਦਾ ਹੈ +91947814-2401 ਜਾਂ ਫਿਰ ਇੰਡੀਆ ਦੇ ਵਟਸਐਪ ਨੰਬਰ 'ਤੇ ਮੈਸੇਜ ਜਾਂ ਫੋਟੋ ਵੀ ਭੇਜ ਸਕਦੇ ਹੋ +91950115000। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ ਕੈਨੇਡੀਅਨ ਜੰਪਲ ਜੱਟ ਸਿੱਖ ਬਰਾੜ, ਉਮਰ ਹੈ 30 ਸਾਲ, ਕੱਦ ਹੈ 6', ਹੈਂਡਸਮ, ਨਸ਼ਿਆਂ ਤੋਂ ਰਹਿਤ, ਵਧੀਆ ਜੋਬ ਕਰਦੇ, ਆਪਣੇ ਵੈਲ ਸੈਟਲਡ ਪਰਿਵਾਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਲੜਕੇ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਘੱਟੋ ਘੱਟ 5'4" ਲੰਮੀ ਲੜਕੀ ਦੀ ਲੋੜ ਹੈ। ਸਟੂਡੈਂਟ ਵਿਜ਼ਟਰ ਜਾਂ ਵਰਕ ਪਰਮਿਟ 'ਤੇ ਆਈ ਲੜਕੀ 'ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਅਤੇ ਕੈਲਗਰੀ, ਵਿਨੀਪੈਗ, ਵੈਨਕੂਵਰ ਰਹਿੰਦੀ ਜਾਂ ਮੂਵ ਹੋਣ ਦੀ ਚਾਹਵਾਨ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ਼ ਕਰਨ। ਆਪਣੀ ਫੋਟੋ ਅਤੇ ਬਾਇਓਡਾਟਾ ਤੁਸੀਂ ਉਹਨਾਂ ਨੂੰ ਵਟਸਐਪ 'ਤੇ ਭੇਜ ਕੇ ਸੰਪਰਕ ਕਰ ਸਕਦੇ ਹੋ 6048185780 'ਤੇ। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ ਕੈਨੇਡੀਅਨ ਸਿਟੀਜ਼ਨ ਜੱਟ ਸਿੱਖ ਢਿੱਲੋਂ, 1980 ਬੋਰਨ, ਕੱਦ 5'9", ਕੈਨੇਡਾ ਤੋਂ ਗ੍ਰੈਜੂਏਟ, ਆਪਣਾ ਵਧੀਆ ਬਿਜ਼ਨਸ ਕਰਦੇ, ਹੈਂਡਸਮ, ਨਸ਼ਿਆਂ ਤੋਂ ਰਹਿਤ,
ਇੰਡੀਆ ਅਤੇ ਕੈਨੇਡਾ ਵਿੱਚ ਪ੍ਰੋਪਰਟੀ ਦੇ ਮਾਲਕ ਲੜਕੇ ਦੇ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਪੜ੍ਹੀ ਲਿਖੀ ਸੋਹਣੀ ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ, ਵਿਜ਼ਿਟਰ ਜਾਂ ਵਰਕ ਪਰਮਿਟ 'ਤੇ ਕੈਨੇਡਾ ਆਈ ਲੜਕੀ ਅਤੇ ਬਿਨਾਂ ਬੱਚੇ ਤੋਂ ਤਲਾਕਸ਼ੁਦਾ ਲੜਕੀ 'ਤੇ ਵੀ ਵਿਚਾਰ ਕੀਤੀ ਜਾਵੇਗੀ। ਮੈਰਿਜ ਬਿਊਰੋ ਵਾਲੇ ਮੁਆਫ ਕਰਨ ਸੰਪਰਕ ਕਰਨ ਦੇ ਲਈ ਨੰਬਰ ਹੈ ਜੀ 1-778-552-0792 ਜਾਂ ਫਿਰ ਦੂਸਰਾ ਨੰਬਰ ਹੈ 1-778-552-6939। ਅਗਲਾ ਰਿਸ਼ਤਾ ਮੈਂ ਪੜ੍ਹ ਜਾ ਰਹੀ ਹਾਂ ਜੀ ਵਧਦੀ ਲੋੜ ਲਈ। ਕਨੇਡੀਅਨ ਪੀ ਆਰ ਜੱਟ ਸਿੱਖ ਗਿੱਲ, ਜੂਨ 1990 ਬੋਰਨ, ਕੱਦ ਹੈ 5'6", ਇੰਡੀਆ ਤੋਂ ਮਾਸਟਰਸ ਇਨ ਫਾਰਮੇਸੀ, ਕੈਨੇਡਾ ਤੋਂ ਲੈਬ ਟੈਕਨੀਸ਼ੀਅਨ ਡਿਪਲੋਮਾ ਹੋਲਡਰ, ਫਾਰਮੇਸੀ ਵਿੱਚ ਵਧੀਆ ਜੋਬ ਕਰਦੀ, ਸੋਹਣੀ ਸੁਨੱਖੀ ਪਰਿਵਾਰਕ, ਵਿਆਹ ਤੋਂ ਕੁਝ ਸਮਾਂ ਬਾਅਦ ਹੀ ਬੇਕਸੂਰ ਤਲਾਕਸ਼ੁਦਾ ਲੜਕੀ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਸਿਟੀਜ਼ਨ ਪੀ ਆਰ ਜਾਂ ਵਰਕ ਪਰਮਿਟ 'ਤੇ ਆਏ, ਪ੍ਰੋਫੈਸ਼ਨਲੀ ਕੁਆਲੀਫਾਈਡ ਐਂਡ ਇੰਪਲੋਇਡ ਜਾਂ ਬਿਜ਼ਨਸ ਕਰਦੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਬਿਨਾਂ ਬੱਚੇ ਤੋਂ ਤਲਾਕਸ਼ੁਦਾ ਲੜਕੇ 'ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੀ ਦਾ ਪਰਿਵਾਰ ਵੈੱਲ ਸੈਟਲਡ ਹੈ ਅਤੇ ਅਲਬਰਟਾ ਦੇ ਲੜਕੇ ਨੂੰ ਉਹ ਪਹਿਲ ਦੇਣੀ ਚਾਹੁੰਦੇ ਹਨ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਮਾਫ ਕਰਨ। ਵਧੇਰੇ ਜਾਣਕਾਰੀ ਲਈ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ 1-825-975-2312 'ਤੇ, ਜਾਂ ਉਹਨਾਂ ਨੂੰ ਆਪਣੀ ਫੋਟੋ ਅਤੇ ਬਾਇਓਡਾਟਾ ਈਮੇਲ 'ਤੇ ਭੇਜ ਕੇ ਵੀ ਸੰਪਰਕ ਕਰ ਸਕਦੇ ਹੋ simer.gill3121@gmail.com 'ਤੇ। ਅਗਲਾ ਰਿਸ਼ਤਾ ਹੈ ਜੀਵਨ ਸਾਥਣ ਦੀ ਲੋੜ ਲਈ। ਅਮੈਰੀਕਨ ਸਿਟੀਜ਼ਨ ਲੁਬਾਣਾ ਅੰਮ੍ਰਿਤਧਾਰੀ ਸਿੱਖ, ਉਮਰ 46 ਸਾਲ, ਕੱਦ 6'3", BS ਕੰਪਿਊਟਰ ਸਾਇੰਸ, ਗੌਰਮੈਂਟ ਸੈਕਟਰ ਵਿੱਚ ਕੰਪਿਊਟਰ ਸਿਸਟਮਸ ਮੈਨੇਜਰ ਦੀ ਵਧੀਆ ਜੋਬ ਕਰਦੇ, ਹੈਂਡਸਮ, ਪਰਿਵਾਰ ਨਾਲ ਰਹਿ ਰਹੇ ਤਲਾਕਸ਼ੁਦਾ, ਇੱਕ 13 ਸਾਲ ਦਾ ਬੇਟਾ ਨਾਲ ਹੈ। ਵਰ ਲਈ ਅਮੈਰੀਕਾ ਜਾਂ ਕੈਨੇਡਾ ਤੋਂ ਪੜ੍ਹੀ ਲਿਖੀ ਪਰਿਵਾਰ ਨਾਲ ਰਹਿਣ ਦੀ ਚਾਹਵਾਨ, ਹੈਲਦੀ ਲਾਈਫ ਸਟਾਈਲ ਨਾਲ ਰਹਿੰਦੀ ਵੈਸ਼ਨੂ ਜੀਵਨ ਸਾਥਣ ਦੀ ਲੋੜ ਹੈ। ਅਮੈਰੀਕਾ ਰਹਿੰਦੀ ਜਾਂ ਮੂਵ ਹੋਣ ਦੀ ਚਾਹਵਾਨ ਅਤੇ ਅੰਮ੍ਰਿਤਧਾਰੀ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ। ਜਾਤ ਪਾਤ ਦਾ ਕੋਈ ਬੰਧਨ ਨਹੀਂ ਹੈ। ਬਿਨਾਂ ਬੱਚੇ ਤੋਂ ਤਲਾਕਸ਼ੁਦਾ 'ਤੇ ਵੀ ਵਿਚਾਰ ਕੀਤੀ ਜਾਵੇਗੀ। ਮੈਰਿਜ ਬਿਊਰੋ ਵਾਲੇ ਮੁਆਫ ਕਰਨ, ਰਿਸ਼ਤਾ ਜੋੜਨ ਦੇ ਲਈ ਸੰਪਰਕ ਕਰ ਸਕਦੇ ਹੋ 1-646-591-7849 ਜਾਂ ਫਿਰ ਈਮੇਲ ਆਈਡੀ ਹੈ sukhsingh12@gmail.com। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ। ਕੈਨੇਡਾ ਵਿੱਚ ਵਰਕ ਪਰਮਿਟ 'ਤੇ ਆਏ, ਪੀ ਆਰ ਅਪਲਾਈਡ ਸਟੇਟਸ, ਜੱਟ ਸਿੱਖ, 1996 ਬੋਰਨ, ਕੱਦ ਹੈ 5'11", ਦਸਤਾਰਧਾਰੀ, ਹੈਂਡਸਮ, ਨਸ਼ਿਆਂ ਤੋਂ ਰਹਿਤ, ਬੀ ਟੈਕ ਕੰਪਿਊਟਰ ਇੰਜੀਨੀਅਰਿੰਗ ਇੰਡੀਆ ਤੋਂ ਕੀਤੀ ਹੈ ਅਤੇ ਕੈਨੇਡਾ ਤੋਂ ਵੈੱਬ ਨੈੱਟਵਰਕਿੰਗ ਡਿਪਲੋਮਾ ਹੋਲਡਰ, ਇਸ ਸਮੇਂ ਮਲਟੀਨੈਸ਼ਨਲ ਲੌਜਿਸਟਿਕਸ ਕੰਪਨੀ ਵਿੱਚ ਵਧੀਆ ਜੋਬ ਕਰਦੇ ਲੜਕੇ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਪ੍ਰੋਫੈਸ਼ਨਲੀ ਕੁਆਲੀਫਾਈਡ ਸੋਹਣੀ ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ 'ਚ, ਕੈਨੇਡਾ ਅਤੇ ਅਮੈਰੀਕਾ ਵਿੱਚ ਵੈੱਲ ਸੈਟਲਡ ਹੈ ਅਤੇ ਉਹਨਾਂ ਦੀ ਪੇਂਡੂ ਅਤੇ ਸ਼ਹਿਰੀ ਜਾਇਦਾਦ ਵੀ ਹੈ। ਲੜਕੇ ਦਾ ਪਰਿਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਹੈ। ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰਨ। ਸੰਪਰਕ ਕਰਨ ਲਈ ਅਮੈਰੀਕਾ ਦੇ ਟਾਈਮ ਅਨੁਸਾਰ 8 ਵਜੇ ਸਵੇਰੇ ਤੋਂ ਸ਼ਾਮ 7 ਵਜੇ ਦੇ ਵਿਚਕਾਰ ਤੁਸੀਂ ਉਹਨਾਂ ਨੂੰ ਵਟਸਐਪ 'ਤੇ ਕਾਲ ਕਰ ਸਕਦੇ ਹੋ +91-981-56-49345 ਜਾਂ 1-847-337-3250। ਅਗਲਾ ਰਿਸ਼ਤਾ ਹੈ ਜੀ ਲੜਕੀ ਦੀ ਲੋੜ ਲਈ।
ਕੈਨੇਡੀਅਨ ਜੰਪਲ ਰਾਜਪੂਤ ਜੱਟ ਸਿੱਖ 1996 ਬੋਰਨ ਕੱਦ 6'2", ਅਕਾਊਂਟੈਂਟ ਦੀ ਵਧੀਆ ਜੋਬ ਕਰਦੇ ਅਤੇ ਨਾਲ CPA ਦੀ ਡਿਗਰੀ ਕਰ ਰਹੇ ਹੈਂਡਸਮ ਨਸ਼ਿਆਂ ਤੋਂ ਰਹਿਤ ਲੜਕੇ ਲਈ ਕੈਨੇਡਾ ਤੋਂ ਪ੍ਰੋਫੈਸ਼ਨਲੀ ਕੁਆਲੀਫਾਈਡ ਸੋਹਣੀ ਸੁਨੱਖੀ ਪਰਿਵਾਰਕ ਸਿੱਖ ਪਰਿਵਾਰ ਦੀ ਲੜਕੀ ਦੀ ਲੋੜ ਹੈ। ਲੜਕੀ ਜੰਪਲ ਜਾਂ ਛੋਟੀ ਹੁੰਦੀ ਆਈ ਅਤੇ ਕੈਨੇਡਾ ਦੇ ਵਿੱਚ ਪਲੀ ਬੜੀ ਹੋਵੇ। ਲੜਕੇ ਦਾ ਪਰਿਵਾਰ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਵਾਲੇ ਮੁਆਫ ਕਰਨ, ਸੰਪਰਕ ਕਰਨ ਦੇ ਲਈ ਕਾਲ ਕਰ ਸਕਦੇ ਹੋ ਜੀ 6427208-8182। ਤਾਂ ਇਸੀ ਅੱਜ ਦਾ ਸਾਡਾ ਵਿਚੋਲਾ ਪ੍ਰੋਗਰਾਮ ਨੰਬਰ 400 ਅਤੇ ਇਹਦੇ ਵਿੱਚ ਬੜੇ ਸਾਰੇ ਨਵੇਂ ਰਿਸ਼ਤੇ ਲੈ ਕੇ ਅਸੀਂ ਆਏ ਹਾਂ। ਜੇਕਰ ਤੁਹਾਨੂੰ ਕੋਈ ਰਿਸ਼ਤਾ ਵਧੀਆ ਲੱਗਿਆ ਤਾਂ ਤੁਸੀਂ ਜ਼ਰੂਰ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਸਾਨੂੰ ਕੋਈ ਹੋਰ ਰਿਸ਼ਤਾ ਲਿਖਵਾਉਣਾ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦੀ ਐਡਵਰਟੀਜ਼ਮੈਂਟ ਦੇਣੀ ਚਾਹੁੰਦੇ ਹੋ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਆ, ਉਹਦੇ ਲਈ ਵੀ ਸਾਡੇ ਨਾਲ ਸਾਡੇ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਅਤੇ ਇਹਦੇ ਨਾਲ ਨਾਲ ਹੀ ਸਾਡੇ ਔਫਿਸ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸਾਡਾ ਚੰਡੀਗੜ੍ਹ ਵਾਲਾ ਔਫਿਸ ਖੁੱਲ੍ਹਾ ਹੁੰਦਾ ਹੈ ਮੰਡੇ ਟੂ ਸੈਟਰਡੇ 9-5 ਅਤੇ ਕੈਨੇਡਾ ਵਾਲਾ ਔਫਿਸ ਖੁੱਲ੍ਹਾ ਹੁੰਦਾ ਹੈ ਮੰਡੇ ਟੂ ਫਰਾਈਡੇ 10-5। ਤੁਸੀਂ ਸਾਨੂੰ ਆ ਕੇ ਵੀ ਮਿਲ ਸਕਦੇ ਹੋ ਜਾਂ ਫੋਨ 'ਤੇ ਵੀ ਸਾਨੂੰ ਗੱਲਬਾਤ ਕਰਕੇ ਐਡ ਲਿਖਾ ਸਕਦੇ ਹੋ। ਸੋ ਅੱਜ ਲਈ ਸਾਨੂੰ ਦਿਓ ਇਜਾਜ਼ਤ, ਅਗਲੇ ਹਫ਼ਤੇ ਹੋਰ ਨਵੇਂ ਰਿਸ਼ਤੇ ਲੈ ਕੇ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।